ਰੱਬ ਤੈਨੂੰ ਵੀ ਦੇਗਾ, ਕਹਿੰਦਾ ਤੂੰ ਰੱਬ ਕੋਲੋਂ ਵੀ ਲੈ ਦਾ ਸਾਬਰਾ ਕਹਿੰਦਾ ਦੁਕਾਨ ਤੋਂ ਲਾਲ ਮਿਰਚਾਂ ਖੋਤੀ ਡੈਮੋ ਕ੍ਰਾਸ ਕਰਦੀ ਜਾਏ ਕੀ ਕਵੇਂ ਇੱਥੇ ਤੂੰ ਤੂੰ ਕੌਣ ਆ ਮੇਰੇ ਮਾਊਸ ਨੂੰ ਛੇੜ ਕੇ ਦੌੜਨ ਵਾਲਿਆ
ਔਰ ਤੂੰ ਕੌਣ ਆ ਮੇਰੇ ਪਲੇ ਸਟੋਰ ਨੂੰ ਚੁੰਮਣ ਵਾਲਿਆ? ਇੱਥੇ ਕੀ ਕਰ ਰਿਹਾ? ਇੱਥੇ ਮੈਂ ਤੇਰੀ ਭੈਣ ਦੀਆਂ ਉਮੰਗਾਂ ਦਾ ਤਰਜਮਾਨ ਆ। ਇਹ ਸਾਡੀ ਨੁਕਰਾਣੀ ਹੈ ਸਾਹਿਬ ਦੀ, ਇਹਦੀ ਪ੍ਰੋਫਾਈਲ ਚੈੱਕ ਨਾ ਕਰਿਆ। ਓ ਕਿਉਂ? ਇੰਸਟਾਗ੍ਰਾਮ ਫੁੱਲ ਲਿਆ। ਆਏ ਦਿਲ ਨਾ ਛੱਡ, ਸਾਡਾ ਵਾਈਬਰ ਹੀ ਐਡਾ ਤਗੜਾ ਹੈ। ਮੈਨੂੰ ਦੱਸੋ ਤੁਹਾਡੇ ਤੋਂ ਦੋਵਾਂ ਦੀ ਫੇਸਬੁੱਕ ਕਿਹੜੀ ਖੋਲਣੀ ਹੈ? ਸਾਥੀ ਜਿਹੜਾ ਤੱਕ ਲੈਟ ਰਹੇ ਹੋ ਸਾਥੀ। ਅਸਲਾਮ ਅਲੈਕਮ ਤੇਰੀ ਭੈਣ ਨੂੰ ਤੇਰੀ ਨੂੰ ਅੰਨੀ ਜਿਹਾ ਬੱਚਿਆ ਤੈਨੂੰ ਹਜ਼ਾਰ ਸ਼ਰਮ ਨਹੀਂ? ਓਏ ਮੇਰੇ ਘਰ ਪੰਜ ਪੰਜ ਮੇਰੀਆਂ ਧੀਆਂ ਜਵਾਨ ਆ ਤੇ ਗੈਰ ਬੰਦਾ ਮਾਰ ਲਿਆ ਤੁਸੀਂ ਇੱਥੇ ਬਰਕਾ ਦੇ ਖਾਤੀ ਸਾਹਿਬ ਜੀ। ਅੰਨੀ ਜਿਹਾ ਬੱਚਿਆ ਕੀ ਅਸਰ ਲੈਣਗੀਆਂ ਮੇਰੀਆਂ ਪੰਜੋ ਧੀਆਂ? ਓਏ ਤੁਹਾਡੀਆਂ ਕਿੰਨੀਆਂ ਬੇਟੀਆਂ? ਪੰਜ ਬੇਟੀਆਂ। ਇੱਕ ਦੋ ਤਿੰਨ ਚਾਰ ਪੰਜ। ਮੈਂ ਜਾ ਰਿਹਾ। ਕਾਕਾ ਇੱਕ ਧੀ ਤੇ ਮੇਰੀ ਬਾਹਰ ਗਈ ਆ, ਇਹ ਫਿਰ ਤੇਰੇ ਇੱਥੇ ਹੀ ਆਉਂਦਾ ਹੀ ਨਹੀਂ। ਮਾਮੀ ਆ ਕੀ ਪਾਇਆ? ਕੁੱਲਾ ਪਾਇਆ ਤੁਸੀਂ? ਇਹ ਕੁੱਲਾ ਕਿਹਨੇ ਪਾਇਆ? ਤੁਸੀਂ ਪਾਇਆ। ਤੇ ਰਾਤ ਨੂੰ ਕਿਉਂ ਨਹੀਂ ਮੰਨਦਾ? ਗਾਜ਼ੀਆਬਾਦ ਦਾ ਨਾ ਇੰਗਲੈਂਡ ਹੋ ਗਿਆ ਹੁਣ? ਸਾਡੀ ਗੱਲਾਂ ਤੇ ਹੁੰਦੀਆਂ ਹੀ ਰਹਿਣੀਆਂ। ਅਜਵਾਨ ਜੀ ਜਰਾ ਬਾਥਰੂਮ ਆਈ ਮੇਰੇ, ਲੇਕਿਨ ਅੱਜ ਮੇਰੀ ਮੰਗੇਤਰ ਨਾਲ ਹੈ ਨਾ। ਖੱਬੀ ਨਾਲ ਹੀ ਹੁੰਦਾ ਜਾ ਕਰ ਜਾ ਕੇ? ਖੱਬੀ ਨਾਲ ਤੇ ਮੈਂ ਲੋਟਾ ਫੜਾਂਗਾ ਨਾ ਤੇ ਆਪਣਾ ਮੂੰਹ ਵੇਖ, ਮੂੰਹ ਚ ਪਾਣੀ ਲੈ ਕੇ ਕਰ ਲਈ ਤੇ ਤੂੰ ਦੋਣਾ ਹੀ ਹੈ ਰਹਿਣ ਦੇ ਦੋ ਨਾ। ਤੂੰ ਕਿਹੜਾ ਉੱਥੇ ਦੀ ਫੋਟੋ ਲਵਾਉਣੀ ਹੈ? ਸਾਥੀ ਮੈਂ ਤੈਨੂੰ ਬੈਠੇ ਨੂੰ ਜਿੰਮੀ ਨੂੰ ਨਾ ਏਅਰਪੋਰਟ ਤੋਂ ਲੈ ਕੇ ਆਉਣਾ ਤੇ ਜਾ ਜਾ ਵੀ ਫਲੈਟ ਦਾ ਟਾਈਮ ਹੋਇਆ ਹੀ ਲੈ ਗਿਆ ਮੇਰੇ ਪੁੱਤਰ ਨੂੰ ਕਾਕਾ। ਇਸ ਤੋਂ ਪਹਿਲਾਂ ਕਿ ਮੈਂ ਪੁਲਿਸ ਨੂੰ ਫੋਨ ਕਰਾਂ ਤਾਂ ਪੁਲਿਸ ਤੈਨੂੰ ਪਤਾ ਜਾਂਦੇ ਹੀ ਇਤਫਾਕਾਂ ਹੀ ਲੰਮਾ ਪਾ ਲੈਂਦੀ ਹੈ। ਸਾਜੀ ਹਾਂਜੀ ਇਹ ਮੇਰੇ ਮੰਗੇਤਰ ਏ ਇਹ ਤੇ ਪਹਿਲੇ ਮਰ ਦੱਸ ਕੇ ਮੇਰਾ ਕਾਰੀਗਰ ਏ। ਮੈਂ ਆਉਣਾ ਨਹੀਂ ਸੀ, ਇਹ ਠੰਡ ਦੇ ਕੇ ਆ ਕੇ ਨਿਕਲ ਜਿੰਨੀ ਛੇਤੀ ਹੋ ਸਕਦਾ ਪਹੁੰਚ ਘਰ ਕੇ ਕੰਮ ਕਰ ਲੈਣਾ। ਮੈਂ ਕਹਿ ਰਿਹਾ ਜੀ ਤੁਸੀਂ ਲੰਮੇ ਪੈਣਾ, ਮੈਂ ਤੁਹਾਡਾ ਕੰਮ ਕਰ ਦੇਣਾ, ਤੁਹਾਡੀ ਜੁੱਤੀ ਸਾਫ ਕਰਕੇ ਉੱਥੇ। ਮੇਰੀ ਜਨਾਨੀ ਨੂੰ ਮਰਿਆ ਵੀ ਸਾਲ ਹੋ ਗਏ ਨੇ। ਆ ਜਾ ਫਿਰ ਕਹਿੰਦੇ ਜੀ ਨਹੀਂ ਨਹੀਂ ਹੋਈ ਹੁੰਦਾ ਹਾਂਜੀ ਬਸ ਕਰ ਦੇ ਟੀਕਾ। ਉਹ ਕਦੀ ਡਾਕਟਰ ਕੋ ਟੀਕਾ ਲਵਾਇਆ ਹੀ? ਲਵਾਇਆ ਬਸ ਉਹ ਹੀ ਕੰਮ ਹੋਣਾ। ਨਹੀਂ ਨਹੀਂ ਜੀ ਨਹੀਂ ਅਚਲ ਦੇ ਵਿੱਚ ਮੈਂ ਤਾਂ ਮੰਗੇਤਰ ਹੈਗਾ ਪਰ ਇਸ ਘਰ ਦੇ ਵਿੱਚ ਤੂੰ ਮੇਰੇ ਕੰਮ ਕਰਨੇ, ਮੇਰੀ ਬੱਚੀਆਂ ਦੀ ਸ਼ਾਦੀ ਏ। ਮੇਰੀਆਂ ਬਹਿਣਾ ਜਨਾਬ ਮੈਂ ਦੌੜ ਦੌੜ ਕੇ ਕੰਮ ਕਰਾਂਗਾ ਤੇ ਅੰਦਰ ਆ ਜਾ ਪਾਣੀ ਕੱਟਾ ਆ ਰਿਹਾ ਹਾਂ ਆ ਜਾ ਤੇ ਕੀ ਆਂਡੇ ਬਾਲਨੇ ਨੇ। ਛੋਟੀ ਉੱਠ ਕੋਲੇ ਪੁੱਤ ਪਾਪਾ ਛੋਟੀ ਸੁੱਤੀ ਏ, ਛੋਟੀ ਦਾ ਸਾਰਾ ਖਾਣਾ ਖਾ ਗਿਆ ਕੱਲ ਦਾ। ਛੋਟੀ ਨੂੰ ਕੋਈ ਉਠਾਵੇ ਨਾ ਪੁੱਤਰ, ਮੈਂ ਬੜੇ ਲਾਡਾ ਨਾਲ ਪਾਲੀ ਆ, ਕੱਚੀ ਨਿੰਦਰੇ ਉੱਠ ਕੇ ਰੋ ਪੈਂਦੀ ਏ। ਛੋਟੀ ਕਮਜ਼ੋਰ ਹੋ ਗਈ ਏ, ਇਹ ਖਿਆਲ ਨਹੀਂ ਰੱਖਦਾ ਸਾਡਾ ਪੁੱਤਰ। ਤੇ ਇਧਰ ਆ ਵੇਖ ਸਹੀ ਹੁੰਦਾ ਕੀ ਏ, ਅੱਜ ਇਸ ਨੌਕਰ ਨਾਲ ਵੇਖ ਹੁੰਦਾ ਕੀ ਏ ਮੇਰੇ ਬੱਚੇ। ਲਾਓ ਨੂੰ ਪਾਪਾ ਉਹ ਚਿੱਟੇ। ਹਾਂਜੀ ਸਾਬੀ ਇੱਥੇ ਬਾਹਰ ਮਾਰਾ ਆ ਕੇ ਲਿਆਓ ਕੇ ਸੌਖੀ ਹੋ ਗਈ।
ਹੋ ਗਈਆਂ ਤੇਰੀਆਂ ਐਟਮਾਂ ਜੀ ਸਾਹਿਬ ਜੀ ਜੀ ਸਾਹਿਬ ਜੀ ਦਾ ਬੱਚਾ ਉਹ ਜਦੋਂ ਮੇਰੇ ਬੱਚੇ ਨਾਸ਼ਤਾ ਮੰਗਦੇ ਨੇ ਤੈਨੂੰ ਘਰ 'ਚ ਨੌਕਰ ਰੱਖਿਆ ਤੇ ਨਾਸ਼ਤਾ ਕਿਉਂ ਨਹੀਂ ਦਿੰਦਾ ਮੈਂ ਤੇਰੀ ਚਮੜੀ ਲਾ ਦੇਵਾਂਗਾ ਸਹੀ ਹੈ ਮੈਂ ਤੈਨੂੰ ਚਿੱਟਾ ਨਿਕਲਾਵਾਂ ਗੱਲਾਂ ਬੜੀਆਂ ਵੱਧ ਵੱਧ ਕਰਨਾ ਗੱਲਾਂ ਬੜੀਆਂ ਕਰਦਾ ਬੇਹਿਆਵਾ ਉਹ ਮਾਲਕਾਂ ਦੀ ਅੱਗੋਂ ਬੋਲਦਾ ਸ਼ਰਮ ਨਹੀਂ ਆਉਂਦੀ ਅੱਗੋਂ ਬੋਲਦਾ ਉਹ ਪਿੱਛੋਂ ਬੋਲੋ ਮਾਲਕਾਂ ਦੇ ਮੇਰੀ ਬੱਚੀ ਨੂੰ ਨਾਸ਼ਤਾ ਕਿਉਂ ਨਹੀਂ ਦਿੱਤਾ ਸਾਹਿਬ ਜੀ ਕਿਹਨੇ ਮੰਗਿਆ ਨਾਸ਼ਤਾ ਮੇਰੀ ਬੱਚੀ ਨੇ ਨਾਸ਼ਤਾ ਮੰਗਿਆ ਜਵਾਨ ਧੀਆਂ ਤੁਹਾਡੀਆਂ ਕੰਟਰੋਲ ਕਰੋ ਸਾਹਿਬ ਜੀ ਅੱਜ ਨਾਸ਼ਤਾ ਮੰਗ ਲਿਆ ਕੱਲ ਨੂੰ ਸ਼ੌਹਰ ਮੰਗ ਲੇਗੀ ਹੁਣ ਪੁੱਤਰ ਬਾਂਡਾ ਦੇ ਮੈਂ ਗੋਲੀ ਮਾਰ ਦੇਵਾਂ ਪਰ ਗੋਲੀ ਅਸਰ ਨਹੀਂ ਕਰਦੀ ਇਹ ਤੇ ਇਹ ਇੰਜ ਹੀ ਬਕਵਾਸ ਕਰਦਾ ਹੈ ਨਾਸ਼ਤਾ ਬਣਾ ਕੇ ਲਿਆ ਕੀ ਖਾਣਾ ਪੁੱਤਰ ਇਹਨੂੰ ਕੁਛ ਚਿਕਨ ਮਨਚੂਰੀਅਨ ਬਣਾ ਕੇ ਲਿਆਵੇ ਜਾ ਪੁੱਤ ਪਹਿਲੇ ਇੱਕ ਗੱਲ ਚਿਕਨ ਸ਼ਾਸ਼ਲਕ ਬਣਾ ਕੇ ਲਿਆ ਬਣਾਏਗਾ ਕੌਣ ਪਹਿਲੇ ਸ਼ਾਸ਼ਲਕ ਬਣਾਏਗਾ ਤੂੰ ਬੋਰਚੀ ਖਾਣਾ ਉੱਪਰ ਤੂੰ ਇਹ ਮੈਂ ਸੁਣਿਆ ਪਹਿਲੀ ਵਾਰ ਸ਼ਾਸ਼ਲਕ ਤੇ ਬਣਾਵਾ ਦੇ ਓਏ ਅੰਦਰ ਜਾ ਕੇ ਚੌਲ ਉਬਾਲ ਤੇ ਉਹਨਾਂ ਨੂੰ ਤੜਕਾ ਲਾ ਨਾਲ ਗੋਭੀ ਦਾ ਸਲਾਦ ਕੱਟ ਉਹਦੇ ਵਿੱਚ ਕਰੀਮ ਪਾ ਨਾਲ ਚਿਕਨ ਬਰੀਕ ਬਰੀਕ ਕਰ ਨਾਲ ਟਮਾਟਰ ਕੱਟ ਨਾਲ ਪਿਆਜ਼ ਕੱਟ ਨਾਲ ਸ਼ਿਮਲਾ ਮਿਰਚ ਕੱਟ ਉਹਨਾਂ ਨੂੰ ਪਹਿਲੇ ਉਬਾਲ ਉਹਨਾਂ ਨੂੰ ਫਰਾਈ ਕਰਨ ਵਿੱਚ ਕੈਚਪ ਪਾ ਤੇ ਸਾਰਾ ਫਰਾਈ ਕਰਾ ਕੇ ਸਲਾਦ ਲੈ ਨਾ ਲੈ ਕੇ ਚਿਕਨ ਸ਼ਾਸ਼ਲਕ ਬਣਾ ਕੇ ਲਿਆ ਲਿਆ ਤੁਹਾਨੂੰ ਆਉਂਦਾ ਤੁਸੀਂ ਬਣਾ ਹੀ ਲਓ ਤੈਨੂੰ ਮੈਂ ਇੱਥੇ ਕਾਹਦੇ ਲਈ ਰੱਖਿਆ ਆ ਨੌਕਰ ਨੌਕਰ ਉਹ ਤੈਨੂੰ ਕੋਈ ਦੇਸੀ ਜੀ ਚੀਜ਼ ਦੱਸ ਇਹਨੂੰ ਸ਼ਾਸ਼ਲਕ ਦਾ ਨਹੀਂ ਪਤਾ ਮੈਨੂੰ ਕਿਹਾ ਸੀ ਮਨਚੂਰੀਅਨ ਬਣਾਓ ਤੁਸੀਂ ਕਿਉਂ ਸ਼ਾਸ਼ਲਕ ਕਿਹਾ ਇਹਨੂੰ ਕੋਈ ਮਨਚੂਰੀਅਨ ਲੈ ਕੇ ਆਇਆ ਬਣਾ ਜਾਂ ਚਿਕਨ ਮਨਚੂਰੀਅਨ ਲਿਆ ਮਨਜ਼ੂਰ ਦਾ ਵੱਡਾ ਭਰਾ ਸਾਹਿਬ ਜੀ ਹਾਂ ਤੁਹਾਡੇ ਨਾਲ ਇੱਕ ਗੱਲ ਕਰਨੀ ਬੜੀ ਜ਼ਰੂਰੀ ਪੁੱਤ ਕਹਾਂ ਕੀ ਗੱਲ ਹੋ ਕੀ ਇਹਦੇ ਵਿੱਚ ਘਰ ਖਲਾਉਣਾ ਦਾ ਕੀ ਹੁਕਮ ਹੁਣ ਇਹਨੂੰ ਘੁਮਾਓ ਅੰਦਰ ਐਕਸਪ੍ਰੈਸ ਨਹੀਂ ਆਉਣ ਡਿਆ ਮੈਂ ਕਿਹਾ ਫਿਰ ਕਿਹੜੀ ਜ਼ਰੂਰੀ ਗੱਲ ਕਰਨੀ ਹੈ ਇਹ ਬਹੁਤ ਬਦਤਮੀਜ਼ ਹੋ ਗਿਆ ਉਹ ਕੋਈ ਉਹ ਤਾਂ ਕੋਈ ਦੇਸੀ ਜੀ ਚੀਜ਼ ਨੂੰ ਦੱਸ ਦੇ ਜਾਂ ਮਿਲਕ ਸ਼ੇਕ ਬਣਾ ਕੇ ਲਿਆ ਨਾ ਮੇਰਾ ਮਲਕ ਵਾਕਬ ਨਾ ਸ਼ੇਕ ਵਾਕਬ ਇੱਕ ਮਿੰਟ ਬਸ ਇੱਥੇ ਖਲੋ ਮੈਨੂੰ ਦੱਸ ਮੈਂ ਤੇ ਕੀ ਬਣਾ ਕੇ ਲਿਆਵਾਂ ਜੀ ਮੈਨੂੰ ਦੱਸ ਮੈਂ ਤੇ ਕੀ ਬਣਾ ਕੇ ਲਿਆਵਾਂ ਐਸਾ ਕਰੋ ਚਿਕਨ ਕੌਰਨ ਸੂਪ ਲਿਆਓ ਚਿਕਨ ਕਾਰਨ ਸੂਪ ਪਰੌਠਾ ਜਾਂ ਹੋਰ ਕੀ ਖਾਣਾ ਪੁੱਤ ਇਹਨੂੰ ਕੋਈ ਫਰੂਟ ਸੈਲਡ ਲੈ ਕੇ ਆਵੇ ਨਾ ਇਹ ਚੀਜ਼ਾਂ ਉਹਦੇ ਪਹੁੰਚ ਤੋਂ ਦੂਰ ਨੇ ਆ ਬੀਬੀ ਜੀ ਨੂੰ ਆਪੇ ਭੇਜ ਦਿਓ ਜੋ ਖਾਣਾ ਹੈ ਖਾ ਲਈਏ ਇਹਨੂੰ ਕੋ ਅੰਡਾ ਬੋਇਲ ਕਰਕੇ ਆਵੇ ਉਬਲੇ ਅੰਡੇ ਲੈ ਆ ਦੋ ਕੁਕੜੀ ਤੇ ਗਰਮ ਪਾਣੀ ਪਾਓ ਅੰਡੇ ਉਬਲੇ ਦੇਗੀ ਪੁੱਤ ਇਹ ਕੁਛ ਕਰਨੇ ਨਹੀਂ ਚਾਹੁੰਦਾ ਪਾਪਾ ਮੇਰਾ ਪੁੱਤ ਤੂੰ ਇਹਦੇ ਨਾਲ ਜਾ ਤੇ ਕਿਚਨ ਦੇ ਵਿੱਚ ਜਾ ਕੇ ਜੋ ਤੇਰੇ ਕੋ ਬਣਦਾ ਨਾ ਚੰਗੀ ਚੀਜ਼ ਬਣਾ ਕੇ ਆਪ ਹੀ ਖਾ ਲਾ ਤੇ ਇਹਨੂੰ ਵੀ ਖਵਾ ਦੇ ਹੈ ਇਹਨੂੰ ਬੱਚਿਆ ਦੇ ਦੀ ਨਾ ਅੱਛਾ ਜਾ ਅੰਦਰ ਬੀਬੀ ਜੀ ਤੁਹਾਨੂੰ ਸ਼ੇਰ ਸੁਣਾਵਾ ਇਸ਼ਕ ਨਾ ਪੁੱਛਦਾ ਦੀਨ ਧਰਮ ਤੇ ਇਸ਼ਕ ਨਾ ਪੁੱਛਦਾ ਦਾਤਾ ਅੱਛਾ ਤੰਬੂ ਕਨਾਤਾ ਤੰਬੂ ਕਨਾਤਾ ਇਸ ਕਿਸਮ ਦਾ ਮੈਂ ਅਸਲਾਮ ਅਲੈਕੁਮ ਅੱਛਾ ਨਹੀਂ ਲੱਗਦਾ ਯਾਰ ਜਾਂ ਤੇ ਫਿਰ ਰਲ ਕੇ ਕੌਣ ਆ ਸਾਰੇ ਕਰੀ ਓਏ ਇਹ ਸ਼ਹਿਜ਼ਾਦੇ ਨੇ ਹਾਂਜੀ ਜਾਨੇ ਜਿਗਰ ਨੇ ਹਾਂਜੀ ਇਹਨਾਂ ਦੀ ਵਜ੍ਹਾ ਤੇ ਰੌਣਕ ਲੱਗੀ ਏ ਹਾਂਜੀ ਹਾਂਜੀ ਇਹ ਵੀ ਕਰੇ ਆਉਂਦੇ ਆ ਸਾਰੇ ਕਰ ਲੈ ਜਾ ਚਲੋ ਪੁੱਛ ਲਓ ਇਹਨਾਂ ਨੂੰ ਭਾਈ ਸਾਹਿਬ ਮੇਰੇ ਵੱਲ ਆਉਣਾ ਜਾਂ ਫੀਨੀ ਫੈਮਿਲੀ ਵੱਲ ਜਾਣਾ ਫੀਨਾ ਠੀਕ ਹੈ ਤੂੰ ਮੇਰੇ ਵੱਲ ਤਾਂ ਮੈਂ ਤੇਰੇ ਵੱਲ ਹੋ ਇਹ ਭਰਾ ਹੈ ਮੇਰਾ ਅੱਛਾ ਜੀ ਇਹਦਾ ਨਵਾਂ ਨਵਾਂ ਵਿਆਹ ਤੇ ਘਰ ਔਲਾਦ ਨਹੀਂ ਹੋਣ ਡਈ ਅੱਲਾ ਹਕੀਮ ਨੇ ਕਿਹਾ ਦੋ ਦਿਨ ਕਾਰੋਬਾਰ ਹੈ ਅੱਜ ਪਹਿਲਾ ਦਿਨ ਸੂ ਔਰ ਆਪ ਇੱਥੇ ਬੈਠੇ ਪਿੱਛੋਂ ਔਲਾਦ ਹੋਣ ਡਈ ਏ ਖਿਆਲ ਕਰੀ ਜਿਹੜੀ ਪਿੱਛੋਂ ਔਲਾਦ ਹੁੰਦੀ ਉਹ ਫਿਰ ਫੀਨੀ ਹੁੰਦੀ ਏ ਕੋਈ ਗੱਲ ਕੀਤੀ ਠੀਕ ਹੈ ਭਾਈ ਹੁਣ ਠੀਕ ਹੈ ਮੇਰਾ ਚਾਚਾ ਸ਼ਹਿਜ਼ਾਦਾ ਉਹ ਮੇਰਾ ਪੁੱਤਰੀਜਾ ਆ ਗਿਆ ਪਿੰਡੋਂ ਮੇਰਾ ਸੱਕਾ ਚਾਚਾ ਮੇਰੇ ਪਿਓ ਦਾ ਸਾਲਾ ਉਹ ਤਾਂ ਪਿੰਡੋਂ ਆਇਆ ਤੇਰੀ ਮੱਤ ਵੱਜ ਗਈ ਜਾਂ ਚਾਚਾ ਠੀਕ ਠਾਕ ਹੈ ਅੱਲਾ ਪਾ ਦਾ ਕਰਮ ਹੈ ਚਾਚਾ ਮੇਰਾ ਵੇਖ ਲੈ ਮੈਨੂੰ ਕਹਿੰਦਾ 100 ਦੇ ਕੱਲ ਦੇ ਆਂਗਾ ਮੈਂ ਕਿਹਾ 200 ਲੈ ਅੱਜ ਹੀ ਦੇ
ਮੈਂ ਕੋਈ ਚਾਚਾ ਨਹੀਂ, ਤੂੰ ਕੋਈ ਭਤੀਜਾ ਨਹੀਂ। ਨਵਾਂ ਨਵਾਂ ਵਿਆਹ ਹੋਇਆ ਤੇ ਸੁਹਾਗ ਰਾਤ ਨੂੰ ਆਪਣੀ ਬੀਵੀ ਦਾ ਘੁੰਮ ਚੁੱਕ ਕੇ ਉਹਨੂੰ ਕਹਿੰਦਾ ਜਾਨੂ ਮੈਨੂੰ ਮਾਫ਼ ਕਰੀ, ਮੇਰਾ ਤੇਰੇ ਤੋਂ ਪਹਿਲੇ ਬੜੀਆਂ ਗਲਤ ਔਰਤਾਂ ਨਾਲ ਤਲਕ ਰਿਹਾ। ਉਹ ਕਹਿੰਦੀ ਮੈਂ ਵੀ ਕਹਾਂ ਮੈਂ ਤੈਨੂੰ ਪਹਿਲੇ ਕਿਤੇ ਵੇਖਿਆ ਏ। ਇਹਦੀ ਬੀਵੀ ਕਹਿੰਦੀ ਜੇ ਪੈਂਪਰ ਲੈ ਕੇ ਆ ਤੇ ਦੁਕਾਨ ਤੇ ਜਾ ਕੇ ਨਾ ਭੁੱਲ ਗਿਆ, ਕਹਿੰਦਾ ਪੈਣਾ ਆਪਣਾ ਉਹ ਇਹਦੀ ਕੇਸਿੰਗ ਦੇ ਦਿਓ। ਪਿੱਛੇ ਹੋਰ ਚਾਚਾ ਖਲੋ ਗਿਆ, 5 ਮਿੰਟ ਬਾਅਦ ਉਹਨੂੰ ਕਹਿੰਦਾ ਚਾਚਾ ਤੁਸੀਂ ਅੱਛਾ ਨਹੀਂ ਕਰ ਰਹੇ। ਚਾਚਾ ਬੜਾ ਤਰੱਕੀ ਕਰ ਗਿਆ ਸਾਡਾ ਪਿੰਡ ਮਾਸ਼ਾਅੱਲਾ, ਸ਼ੁਕਰ ਅੱਲਾ ਜ਼ਿੰਦਗੀ ਕਰੇ ਸ਼ਿਵਾਜ ਸ਼ਰੀਫ ਸਾਹਿਬ ਦੀ, ਉਹਨਾਂ ਨੇ ਸਾਰਾ ਪਿੰਡ ਨਵਾਂ ਕਰਤਾ ਭਾਈ ਜੀ। ਕੋਈ ਤਰੱਕੀ ਹੋਈ ਏ, ਸੜਕਾਂ ਬਣ ਗਈਆਂ ਤੇ ਪੁਲ ਬਣ ਗਿਆ, ਜਿੱਥੇ ਤੇਰੀ ਮਾਂ ਨੀ ਸਮਝੀ ਬੋਰ ਥੱਲੇ ਉੱਥੇ ਪੁਲ ਬਣ ਗਈ, ਹੁਣ ਤੇਰੀ ਮਾਂ ਪੁਲ ਦੇ ਉੱਤੇ ਸੌਂਦੀ ਆ, ਸਾਰੀ ਟ੍ਰੈਫਿਕ ਤੇਰੀ ਮਾਂ ਦੀ ਮੰਜੀ ਦੇ ਥੱਲੇ ਲੰਘ ਕੇ ਜਾਂਦੀ। ਉਹਨੂੰ ਪਿਆ ਕਰੰਟ, ਉਹ ਘਬਰਾ ਕੇ ਦੌੜੀ ਤੇਰੇ ਪਿਓ ਨੂੰ ਮਾਰੀ ਟੱਕਰ, ਤੇਰਾ ਪਿਓ ਉੱਡ ਕੇ ਚਾਚਾ ਫਸਲ ਨੂੰ ਜਾ ਡਿੱਗਾ। ਉੱਥੇ ਅੱਲਾ ਲੋ ਚਾਚਾ ਫਸਲ ਵੀ ਨਾ ਉਂਡਿਆ ਸੀ, ਤੇਰਾ ਪਿਓ ਵੀ ਨੰਗਾ, ਚਾਚਾ ਫਸਲ ਵੀ ਨੰਗਾ, ਉਹਦੇ ਉੱਤੇ ਜਾ ਡਿੱਗਾ। ਉੱਤੋਂ ਪੁਲਿਸ ਆ ਗਈ, ਤੂੰ ਉਹਦੇ ਪਰਚਾ ਹੋ ਗਿਆ ਜੀ। ਫਿਰ ਚਾਚੇ ਫਸਲ ਦੇ ਮੁੰਡੇ ਦਿੱਤਾ 3,000,000 ਰੁਪਈਏ ਵੀ ਸਾਡਾ ਬਾਬਾ ਉੱਤੇ ਰੱਖੀ। ਬੱਚਿਆ ਤੂੰ 2,00,000 ਰੁਪਈਆ ਦਿੰਦਾ ਤੇ ਮੇਰਾ ਆਪਾ ਉੱਤੇ ਕਰਦਾ, ਉਂਝ ਤੇ 200 ਲੈ ਕੇ ਉੱਤੇ ਕਰ ਲੈਂਦਾ ਸੀ। ਬਾਕੀ ਸਭ ਠੀਕ ਠਾਕ ਹੈ, ਬਾਕੀ ਘਟਾ ਕਰੀਏ ਤੇ ਪਿਓ ਵੀ ਯਾਰ ਮਾਨ ਗਈ। ਉਹ ਤੇਰੀ ਬੀਵੀ ਜਿੰਨ ਕੀ ਆ ਭਾਈ, ਮੈਂ ਜਾਣਦਾ ਹਾਂ ਦੇਖੋ ਦੁਕਾਨ ਤੇ ਜਾ ਕੇ 10 ਰੁਪਏ ਦੇ ਸੀ ਘਿਓ ਦੇ ਦਿਓ, ਹੁਣ ਇੰਨਾ ਕੋਈ ਇੱਥੇ ਲਾਤਾ, ਕੋਈ ਸ਼ਰਮਿੰਦਾ ਨਹੀਂ ਹੈ, ਕਹਿੰਦਾ ਆਹੋ ਤੋਲ ਦਿਓ ਤੋਲ ਦਿਓ। ਚੰਗਾ ਰਿਹਾ ਹੁਣ, ਚੰਗਾ ਰਿਹਾ ਹੁਣ, ਚਲ ਸਾਹਿਬ ਜੀ ਪਸੰਦ ਆ ਗਿਆ। ਹਾਂ ਇਹ ਵੇਖੋ ਰਿਕਸ਼ੇ ਵਾਲਾ, ਇਹ ਨਹੀਂ ਪੁੱਛਦਾ ਕਿੱਥੇ ਜਾਣਾ, ਅੰਦਾਜ਼ ਨਹੀਂ ਹੋਣਾ ਬਾਹਰ ਲਾਉਣ ਦੇ ਜਾ ਕੇ ਨੂੰ। ਮੋਟਰਸਾਈਕਲ ਜਾ ਰਹੇ ਨੇ, ਪੁਲਿਸ ਵਾਲੇ ਰੋਕ ਲਓ, ਕਾਗਜ਼ ਦਿਖਾ, ਕਹਿੰਦਾ ਹੱਲ ਚੁਗੇ ਹੀ ਨਹੀਂ ਜੀ। ਅਫੀਨਾ ਵੀ ਮੋਟਰਸਾਈਕਲ ਤੇ ਜਾ ਰਿਹਾ, ਪੁਲਿਸ ਵਾਲੇ ਨੇ ਹੱਥ ਦਿੱਤਾ ਨਹੀਂ ਰੁਕਿਆ, ਉਹਨਾਂ ਨੇ ਘੇਰਾ ਪਾ ਕੇ ਫੜ ਲਿਆ। ਉਹ ਕਹਿੰਦੇ ਅਫੀਨਾ ਤੈਨੂੰ ਹੱਥ ਦਿੱਤਾ ਤੂੰ ਰੁਕਿਆ ਨਹੀਂ, ਕਹਿੰਦੇ ਪਿੱਛੇ ਇੱਕ ਬੰਦੇ ਨੇ ਬਾਹ ਦਿੱਤੀ ਮੈਂ ਰੁਕਿਆ ਨਹੀਂ। ਸਾਰੇ ਮੁੰਡੇ ਨਹਿਰ ਤੇ ਨਹਾ ਰਹੇ, ਛਾਲਾ ਮਾਰ ਰਹੇ, ਮਜ਼ੇ ਲੈ ਰਹੇ, ਇਹਨੇ ਵੀ ਛਾਲ ਮਾਰੀ, ਗੋਡੇ ਛਿੱਲੇ ਗਏ, ਅਰਕਾਂ ਛਿੱਲੀਆਂ ਗਈਆਂ, ਉਹ ਕਿਉਂ ਅੰਡਰ ਪਾਸ ਮਾਰਤੀ ਆ ਗਿਆ ਨਾ ਲਾਹੌਰ ਤੇ। ਹਾਂ ਧਿਆਨ ਨਾ ਫਰੀ ਕੀ ਏ, ਬੜੇ ਨਵੇਂ ਨਵੇਂ ਪਿੰਡੂ ਆਏ ਨੇ। ਥੈਂਕ ਯੂ ਜੀ, ਮਰਨੇਵਾ ਕਰ ਲਓ ਕਰ, ਅਸੀਂ ਤਾਂ ਪਹਿਲੇ ਨੇੜੇ ਤੱਕ ਖਲੋਵੇ, ਉਹ ਲਾਈਟਾਂ ਵੀ ਲਾਉਣ ਡਿਆ ਅਜੇ ਡਿੱਗ ਪਈ ਸੀ। ਅੱਛਾ ਜੀ ਅੱਛਾ ਜੀ, ਬਿਲਕੁਲ ਧਿਆਨ ਨਾਲ ਫਿਰੀ ਇੱਥੇ ਇੱਥੇ ਕੀ ਹੈ, ਨਵੇਂ ਨਵੇਂ ਪੇਂਡੂ ਆਉਂਦੇ, ਬੜੇ ਘਬਰਾਏ ਵੇਖੇ ਮੈਂ ਲਾਹੌਰ। ਅੱਛਾ ਜੀ, ਇੱਕ ਪਿੰਡ ਨੂੰ ਮੈਂ ਪੁੱਛਿਆ, ਮੈਂ ਕਿਹਾ ਭਾ ਅਚਾਨਕ ਸੂਰਜ, ਆਂਦਾ ਪਤਾ ਨਹੀਂ ਮੈਂ ਤੇ ਆਪ ਪਰਦੇਸੀ ਹਾਂ। ਚਲਾਕ ਨੇ 3 ਸਾਲ ਖੋਤਾ ਹੀ ਖਾਂਦੇ।
ਕਿਸੇ ਨੇ ਨਹੀਂ ਖਾਦਾ, ਕੀਮਾ ਭਾਵੇਂ ਖਾ ਲਿਆ ਹੋਵੇ। ਚਲੋ ਕੀਮਾ ਸਹੀ। ਹਾਂਜੀ ਭਾਜੀ, ਭਾਪੀ ਨੇ ਨੂੰ ਮੈਂ ਕਿਹਾ ਠੀਕ ਆ, ਮੈਂ ਕਿਹਾ ਤੂੰ ਫੇਸਬੁੱਕ ਚਲਾ ਲੇਗਾ? ਹਾਂ। ਆਂਦਾ ਨਹੀਂ ਚਲਾ ਵੀ ਤੂੰ, ਮੈਂ ਪਿੱਛੇ ਬੈਠੂਗਾ। ਸੜਕ ਨੀ ਪਾਰ ਹੁੰਦੀ। ਅੱਛਾ। ਦੋਵਾਂ ਧੋਤੀਆਂ ਫੜੀਆਂ ਸੜਕ ਦੇ ਵਿੱਚ ਭੁੱਕੀ ਜਾਣ ਦੇ। ਇੱਕ ਦੀ ਕਿਸਮਤ ਚੰਗੀ ਉਹ ਨਿਕਲ ਗਿਆ, ਇੱਕ ਉੱਥੇ ਫਸਿਆ। ਨਿਕਲ ਗਿਆ ਨਾ, ਉਹਨੂੰ ਕੀ ਕਹਿੰਦਾ? ਆ ਪੈਸੇ ਖਾ ਲਿਆ, ਮੈਂ ਹਰ ਮਰਨਾ ਕਿ ਬਚਣਾ? ਨਹੀਂ, ਕਿਆ ਬਾਤ, ਕਿਆ ਬਾਤ, ਸਹੀ ਕਹਿ ਰਹੇ, ਸਹੀ ਕਹਿ ਰਹੇ। ਮਾਨ ਚੰਦ ਸਦਾਦਾ, ਤੁਹਾਨੂੰ ਪਤਾ ਨੀ ਹੈਗਾ ਕੌਣ ਹੈ? ਕੌਣ ਹੈ? ਤੁਹਾਨੂੰ ਲੱਗ ਰਿਹਾ ਕਾਲਾ ਜਿਹਾ ਭੈੜਾ ਜਿਹਾ ਕੱਪੜੇ ਪਾਏ ਨੇ, ਪਾਕਿਸਤਾਨ ਦਾ ਹੀਰੋ ਏ। ਪਾਕਿਸਤਾਨ ਦਾ ਹੀਰੋ ਹੈ, ਇਹਦੇ ਪਿੱਛੇ ਕੁੜੀਆਂ ਨੇ ਬਲੇਡ ਮਾਰੇ ਨੇ। ਇਹ ਗੱਲ ਮੈਂ ਨਹੀਂ ਮੰਨ ਸਕਦਾ। ਆਹ ਚੁੱਕ ਲੈ ਇੱਕ ਫੋਟੋ ਲੈ ਲਓ। ਤੇਰਾ ਮੇਰਾ ਮਜ਼ਾਕ ਕਿਹਾ ਗਿਆ? ਠੀਕ ਹੈ, ਮੈਂ ਕਰ ਦੱਸਾਂਗਾ। ਮੱਛੀ ਇਹਨਾਂ ਪਕਾਈ ਸਾਡੀ ਕੀਤੀ ਤਾਂ ਉਹ ਚੋਰੀ ਸਾਹਿਬ। ਅੱਛਾ, ਕੋਤੇ ਤੇ ਇਹਨਾਂ ਪਕਾਈ ਮੱਛੀ। ਹਾਂ, ਅਸੀਂ ਵੀ ਗਏ ਸਾਡੇ ਕਿਸਾਨ ਨਾਲ, ਐਡੀ ਕਬੋਟੀ ਛੋਰਾ ਹੀ ਹੋਣਾ। ਨਾ ਹੀ ਇਹ ਨਾ ਜਾਣ ਨੂੰ ਕਰਦਾ।
ਦੋ ਭਰਾ ਤੋਂ ਉਹਨੇ ਮਿਲਦਾ ਚ ਲੱਗੇ, ਦੋਵਾਂ ਤੇ ਪਰਚਾ ਹੋ ਗਿਆ। ਉਹ ਕਿਉਂ ਆਪਸ ਚ ਲੱਗੇ ਸਨ? साथ में इसमें भी पर्चा हो गया। वो क्यों? वो दोनों इसी को तो लगे हुए। लम्मा पिया सुतिया पे अमिताभ बच्चन बन जाती कि वे कौन है मेरे पीछे है? ਮੈਂ ਇੱਥੇ ਏਅਰਪੋਰਟ ਤੇ ਉਤਰ ਕੇ
छोटी जी शादी कर रहे इसे वास्ते तेन बुलाया पुत्र तेरी सिस्टर छोटी नहीं छोटी बच्ची दी मैं शादी कर रहा तेन क्यों एयरपोर्ट भेजे पापा इन्हें की किया पुत्र एडा गंदा है
ਕੌਣ ਜਮ ਜਮ ਕੇ ਸੱਚੀ ਜਾਂਦਾ ਕਾਫੀ ਚੀਜ਼ਾਂ ਮੈਂ ਲੈ ਕੇ ਆਇਆ ਕਾਲੇ ਛਾਪਰ ਚ ਹੈਗੀਆਂ ਨੇ ਉਹ ਮੈਂ ਲੋਕਾਂ ਦੇ ਸਾਹਮਣੇ ਵਿਖਾ ਨਹੀਂ ਸਕਦਾ ਯੂਰੋਪੀਅਨ ਸਟਾਈਲ ਦੀਆਂ ਜੋੜਾ ਵੀ ਲੈ ਕੇ ਆਂਦਾ ਨਾਲੇ ਮੈਂ ਜੋੜਾ ਬਣਾ ਕੇ ਰੱਖਿਆ ਹੋਇਆ ਕਿਸੇ ਦੇ ਵਿੱਚੋਂ ਪਿਆਵਾਂਗਾ ਹੋਰ ਮੇਰੇ ਨਾਲ ਪੰਮੀ ਲਿੰਡਰਾ ਆਈ ਪੰਮੀ ਲਿੰਡਰਾ ਸ਼ੀ ਇਜ਼ ਮਾਈ ਗਰਲ ਫਰੈਂਡ ਹਾਂ ਤੁਹਾਨੂੰ ਪਤਾ ਕੌਣ ਹੈ ਸ਼ਾਦੀ ਕਰਾਂਗੇ ਉਹਦੇ ਵਿੱਚੋਂ ਬੱਚੇ ਹੋਣਗੇ ਉਹਨਾਂ ਨੂੰ ਸਵੇਰੇ ਸਵੇਰੇ ਲਿੱਤਰ ਮਾਰਿਆ ਕਰਾਂਗੇ ਬਿਕਾਜ਼ ਦਾ ਅਮੈਰੀਕਨ ਯੂਰੋਪੀਅਨ ਐਂਡ ਕੈਨੇਡੀਅਨ ਪਾਕਿਸਤਾਨ ਕੇ ਖਿਲਾਫ ਸਾਜ਼ਿਸ਼ ਕਰਤੇ ਹੈ ਅਮਰੀਕਾ ਇੰਜ ਹੀ ਕਰਤਾ ਪਾਕਿਸਤਾਨ ਕੇ ਖਿਲਾਫ ਲੇਕਿਨ ਅਭੀ ਵੋ ਜੀਤ ਨਹੀਂ ਸਕਤੇ ਕਿਉਂਕਿ ਰਹੀਮ ਸ਼ਰੀਫ ਸਾਹਿਬ ਐਸਾ ਨਿਜ਼ਾਮ ਬਣਾ ਗਏ ਹੈ ਕਿ ਪਾਕਿਸਤਾਨ ਕਾ ਬੱਚਾ ਬੱਚਾ ਅਬ ਰਹੀਮ ਸ਼ਰੀਫ ਹੈ ਦੁਨੀਆ ਕੇ ਕੰਨ ਲਾਲ ਕਰ ਦੇਂਗੇ ਮੈਂ ਲਾਲਚ ਭੇਜਦਾ ਅਮਰੀਕਾ ਤੇ ਆਈ ਹੇਟ ਅਮਰੀਕਾ ਮਾਈ ਫੁੱਟ ਗੁੱਡ ਸ਼ਾਬਾਸ਼ ਦਿਲ ਖੁਸ਼ ਕਰ ਦਿੱਤਾ ਮੰਗ ਕੀ ਮੰਗਣਾ ਇੱਕ ਅਮਰੀਕਾ ਦਾ ਵੀਜ਼ਾ ਲੈਣੇ ਚਲ ਜਾਣਾ ਵੇ ਓ ਮੇਰੀ ਨੋ ਕਿੱਥੇ ਮੇਰੀ ਨੋ ਜਦੋਂ ਜਦੋਂ ਮੈਂ ਆਇਆ ਥਾ ਨਾ ਮੇਰਾ ਦਿਲ ਕਰਨਾ ਤੇ ਤੁਹਾਡੇ ਮੂੰਹ ਤੇ ਲਾਨਤ ਭੇਜੋ ਹਾਂ ਤੇ ਕਿਉਂ ਨਹੀਂ ਭੇਜੀ ਪਹਿਲੇ ਹੀ ਹਾਊਸ ਫੁੱਲ ਨੇ ਮੇਰੀ ਨੋ ਪੰਮੀ 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 ਲਿੰਡਰਾ ਇਜ਼ ਆਊਟਸਾਈਡ ਮੇਰੀ ਹੋਣੇ ਵਾਲੀ ਬੀਵੀ ਹੈ ਇਹਨਾਂ ਨਾਲ ਬੜਾ ਮੈਂ ਕਿਉਂ ਸ਼ਾਦੀ ਕਰਨੀ ਹੈ ਇਹਦੇ ਵਿੱਚੋਂ ਮੈਂ ਖਰਗੋਸ਼ ਜੰਮਣੇ ਨੇ ਆਈ ਲਾਈਕ ਵੈਰੀ ਮੱਚ ਖਰਗੋਸ਼ ਏ ਪੋਤੇ ਪੰਮੀ ਲਿੰਡਰਾ ਤੂੰ ਕੱਚੀ ਕੱਚੀ ਤੋੜ ਲਿਆਂਦੀ ਨਹੀਂ ਨਹੀਂ ਵਿਆਹ ਨਹੀਂ ਰਾਤੀ ਨੂੰ ਤੜਕਾ ਲਾਵਾਂਗੇ ਭਾਈ ਜਾਨ ਮੈਨੂੰ ਐ ਭਾਬੀ ਦੀ ਚਾਹੀ ਦੀ ਮੈਨੂੰ ਉੱਚੀ ਲੰਮੀ ਭਾਬੀ ਲਿਆ ਕੇ ਦੋ ਇਸ ਤਰ੍ਹਾਂ ਦੀ ਇਹ ਖੋਰ ਲੈ ਕੇ ਇਹਦੇ ਉੱਤੇ ਵੈਲਡ ਕਰਾ ਲਾਂਗੇ ਨੋ ਪ੍ਰੋਬਲਮ ਪੰਮੀ ਹਾਊ ਆਰ ਯੂ ਫਾਈਨ ਓ ਡਾਰਲਿੰਗ ਪੰਜਾਬੀ ਸਿੱਖ ਰਹੀ ਹੈ ਮੈਨੂੰ ਕੁਛ ਬਖਾਓ ਪੰਮੀ ਕੋਈ ਸ਼ਹਿ ਨਾ ਸੁੱਟ ਲਈ ਕੋਈ ਬਾਤ ਨਹੀਂ ਯੇ ਤੁਹਾਡੇ ਪਾਪਾ ਹੈ ਬੇਸ਼ਰਮਾ ਯੂਨਾਈਟਿਡ ਸਟੇਟ ਦੀ ਰਹਿਣ ਵਾਲੀ ਹੈ ਜ਼ਰਾ ਜਿਹਾ ਜ਼ੋਰ ਜੋ ਤੇ ਮੰਨ ਵੀ ਜਾਂਦੀ ਹੈ ਪਾਮੀਲਾ ਐਂਡਰਸਨ ਨੋ ਡਾਰਲਿੰਗ ਪਾਮੀਲਾ ਅੰਡਰਪਾਸ ਓ ਯੈਸ ਯੈਸ ਆਫ ਕੋਰਸ ਅੰਡਰਕਟ ਪਾਸ ਪਾਪੀ ਇਧਰ ਯੈਸ ਭਾਈ ਜਾਨ ਪਹਿਲੇ ਪਾਪੀ ਤੇ ਤੁਸੀਂ ਵੈਕਸ ਤੇ ਕਰਾਓ ਨਹੀਂ ਨਹੀਂ ਇਹ ਵੈਕਸ ਨਹੀਂ ਕਰਾਂਦੀ ਹਾਂ ਇਹ ਅਖਬਾਰ ਨੂੰ ਅੱਗ ਲਾ ਕੇ ਤਿਰ 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 ਸ਼ੀ ਲਾਈਕ ਦਾ ਪਟਾਕੇ ਇਨ ਸ਼ਬਰਾਤ ਆ ਦੀ ਰਾਤ ਆ ਬਈਓ ਕਾਕੀ ਚੁੰਨੀਆਂ ਬੜੀਆਂ ਦਿੰਦੀ ਕਾਕੀ ਪੰਮੀ ਯੈਸ ਤੇ ਪੋਤੇ ਆ ਪੰਮੀ ਆਪਾਂ ਰੱਖਾਂਗੇ ਕਿੱਥੇ ਖੁੱਡੇ 'ਚ ਹਾਂ ਇਹਦੇ ਵਾਸਤੇ ਤੇ ਪੰਜ ਮਰਲੇ ਦਾ ਘਰ ਹੈ
ਆਪਣਾ ਜੂਸ ਪੀਂਦੀ ਹੈ। ਅੱਛਾ ਥੋੜਾ ਜਿਹਾ ਉਹਦੇ ਨਾਲ ਫੀਟਰ ਨਾਲ ਤੇ ਨਾਲ ਬਾਜਰਾ ਖਾਂਦੀ। ਜੇ ਪਾਕਿਸਤਾਨੀ ਸਨੀ ਪਲਾਸ ਹੋਵੇ ਤੇ ਫਿਰ ਸਹੀ ਲੱਗਦਾ, ਯੂ ਐਸ ਏ ਦਾ ਹੋਵੇ ਤੇ ਫਿਰ ਥੋੜੀ ਜਿਹੀ ਵਿੱਚ ਲੂਣ ਦੇ ਲਈ। ਜਿਹੜੇ ਬੰਦੇ ਤੇਰੇ ਵਰਗੇ ਬੰਦੇ ਦੇ ਸ਼ਨਾਖਤੀ ਕਾਰਡ ਤੇ ਦੋ ਬਿੱਲ ਲਿਖੇ ਹੁੰਦੇ ਨੇ, ਇੱਕ ਕਾਲਾ ਤੇ ਉਹ ਮੇਰਾ ਸਾਲਾ ਤੇ ਮੇਰਾ ਮੂੰਹ ਇੰਨੇ ਓਏ ਬਹੁਤ ਤੇਰਾ ਮੂੰਹ ਇੰਨੇ ਜਿਵੇਂ ਹੈਲੀਕਾਪਟਰ ਵਿੱਚੋਂ ਬਿੱਲੀ ਡਿੱਗੀ ਹੁੰਦੀ ਹੈ। ਹੁਣ ਦੱਸ, ਵੈਸੇ ਸਭ ਤੋਂ ਅੱਛਾ ਹੈ ਇਹ ਚਾਰ ਭਰਾ ਇੱਕੋ ਕੁਰਸੀ ਤੇ ਬਹਿ ਜਾਂਦੇ ਨੇ, ਉਹ ਕਿਸ ਤਰ੍ਹਾਂ ਪੁੱਠੀ ਕਰ ਲੈਂਦੇ ਨੇ। ਉਹ ਤੂੰ ਮੈਨੂੰ ਸਿਰਫ ਇਹ ਦੱਸ ਵੀ ਜਦੋਂ ਕਿਸੇ ਬੀਬੀ ਭੈਣ ਦੇ ਘਰ ਬੱਚੀ ਬੱਚਾ ਹੋਣ ਵਾਲਾ ਹੋਵੇ ਤੇ ਉਹ ਸੋਹਣੀਆਂ ਸੋਹਣੀਆਂ ਫੋਟੋਆਂ ਕਿਉਂ ਵੇਖਦੀ? ਚਾਚੂ ਸਾਹਿਬ ਭਈ ਇਸ ਵਾਸਤੇ ਕਿ ਉਹਦੇ ਘਰ ਬੱਚਾ ਖੂਬਸੂਰਤ ਪੈਦਾ ਹੋਵੇ ਤੇ ਤੇਰੀ ਮਾਂ ਨੇ ਬਾਂਦਰਾਂ ਦੀ ਲੜਾਈ ਵੇਖ ਲਈ ਸੀ। ਓਏ ਬਾਂਦਰ, ਤੂੰ ਮੈਨੂੰ ਯਾਦ ਆਇਆ, ਤੇਰਾ ਮੂੰਹ ਇੰਜ ਜਿਵੇਂ ਬਾਂਦਰਾਂ ਦਾ ਪੀਟੀ ਮਾਸਟਰ ਹੁੰਦਾ ਤੇ ਤੇਰਾ ਮੂੰਹ ਇੰਜ ਜਿਵੇਂ ਦੋ ਸੱਪੇ ਵਾਲੀ ਕਾਪੀ ਹੁੰਦੀ, ਤੇਰਾ ਮੂੰਹ ਇੰਜ ਜਿਵੇਂ ਕੁੱਤੇ ਦਾ ਬੱਚਾ ਹੁੰਦਾ। ਮੇਰਾ ਕੋਈ ਪਤਾ ਨੀ, ਮੈਂ ਛੱਪੜ ਚ ਵੜ ਜਾਵਾਂ।
ਚਾਚੀ ਕਿਤੇ ਧਰਨੇ ਤੇ ਨੀ ਜਾਂਦੀ ਰਹੀ ਜਾਂਦੀ ਰਹੀ ਬਾਈ ਕੀ ਕਰੇਗਾ ਮੈਂ ਕਹਿੰਦਾ ਪੰਜ ਧੀਆਂ ਨੇ ਹਾਂਜੀ ਤੇ ਮੈਂ ਪਹਿਲੇ ਵਿਆਹ ਛੋਟੀ ਦਾ ਕਰਨਾ ਮੇਰੇ ਮਾਲਕਾ ਜ਼ਾਹਿਰ ਛੋਟੀ ਦਾ ਵਿਆਹ ਛੋਟੇ ਨਾਲ ਹੀ ਹੋਏਗਾ ਬਕਵਾਸ ਬੰਦ ਕਰ ਪਹਿਲੇ ਵੱਡੇ ਭਰਾ ਦਾ ਵਿਆਹ ਹੋਏਗਾ ਫਿਰ ਛੋਟੇ ਦਾ ਨਹੀਂ ਛੋਟੀ ਦਾ ਵਿਆਹ ਛੋਟੇ ਨਾਲ ਹੋਏਗਾ ਕਿਉਂਕਿ ਛੋਟਾ 800 ਰੁਪਏ ਕਿਲੋ ਹੈ ਵੱਡਾ 380 ਦਾ ਤੇ ਬੇਟਾ ਛੋਟਾ ਬੰਦਾ ਖਾਂਦਾ 8 ਦਿਨ ਬਾਅਦ ਵੱਡਾ ਬਾਵੇਂ ਰੋਜ਼ਾਨਾ ਖਾਓ ਕੀ ਫਾਇਦਾ ਇਹੋ ਜਿਹੇ ਵੱਡੇ ਦਾ ਕਿ ਡਾਕਟਰ ਜਾਂਦੇ ਆ ਪਹਿਲੇ ਵੱਡਾ ਹੀ ਮਨਾ ਕਰਦਾ ਓਏ ਨਾ ਖਾਣ ਫਿੰਸੀ ਫੋੜੇ ਖਾਰਿਸ਼ ਡਾਕਟਰ ਕਹਿੰਦਾ ਇੱਕ ਬੋਟੀ ਖਾ ਲਓ ਪਰ ਛੋਟੇ ਦੀ ਖਾ ਫੈਸਲਾ ਚਾਚਾ ਕਰੇਗਾ ਚਾਚਾ ਜਿਹੜਾ ਹੈ ਹੀ ਛੋਟਾ ਓਕੇ ਚਾਚਾ ਤੂੰ ਕਰ ਮੈਂ ਛੋਟਾ ਵੱਡਾ ਵੀ ਠੀਕ ਹੈ ਤੂੰ ਆਪਣੀ ਧੀ ਨੂੰ ਸੁੱਖ ਦੇਣਾ ਚਾਹੁੰਦਾ ਪਰ ਏਡਾ ਵੀ ਕੀ ਸੁੱਖ ਕਿ ਵਿਚਾਰੀ ਟੰਗੀ ਤੂੰ ਸ਼ਾਦੀ ਕਰ ਜਾਂ ਤੂੰ ਸ਼ਾਦੀ ਕਰ ਮੇਰੀ ਕੋਈ ਸ਼ਰਤਾ ਮੇਰੇ ਪਹਿਲੇ ਛੋਟੀ ਬੱਚੀ ਦੀ ਸ਼ਾਦੀ ਹੋਏਗੀ ਛੋਟੀ ਛੋਟੀ ਫਿਰ ਮੇਰਾ ਹੋਏਗਾ ਪਹਿਲੇ ਬਸ ਕਿਵੇਂ ਹੋ ਸਕਦਾ
ਛੋਟੀ ਦਾ ਵਿਆਹ ਛੋਟੇ ਨਾਲ ਹੋਏਗਾ, ਮੇਰੇ ਨਾਲ ਹੋਏਗਾ। ਓਏ ਤੂੰ ਮੇਰਾ ਵੱਡਾ ਭਰਾ, ਯਾਦ ਕਰ ਮਰਨ ਲੱਗਿਆ ਪਿਓ ਨੇ ਕੀ ਕਿਹਾ ਸੀ। ਤੂੰ ਦੱਸ, ਮੈਂ ਤਾਂ ਉੱਥੇ ਹੈ ਨਹੀਂ ਸੀ। ਕੀ ਕਿਹਾ ਗਿਆ ਸੀ ਕਿ ਸਾਰੀ ਜ਼ਿੰਦਗੀ ਦੋਵੇਂ ਭਰਾ ਇਕੱਠੇ ਰਹਿਣਾ, ਓਏ ਇਕੱਠੇ ਖਾਣਾ, ਇਕੱਠੇ ਪੀਣਾ, ਇਕੱਠੇ ਨਹਾਣਾ, ਤੇ ਜਦੋਂ ਵੱਡੇ ਦਾ ਵਿਆਹ ਹੋਵੇ ਤੇ ਰਗੜ ਬੱਲਾ ਵੀ ਇਕੱਠੇ ਕਰਨਾ, ਯਾਨੀ ਕਿ ਰੋਟੀ ਚਾਹ ਪਾਣੀ। ਫਿਰ ਵੀ ਮੇਰਾ ਫੈਸਲਾ ਪਹਿਲੇ ਵਿਆਹ ਮੇਰਾ ਹੋਏਗਾ ਬਸ। ਛੋਟੀ ਦਾ ਵਿਆਹ ਛੋਟੇ ਨਾਲ ਹੋਏਗਾ, ਮੇਰੇ ਨਾਲ ਹੋਏਗਾ। ਓਏ ਭੁੱਲ ਗਏ ਕਿ ਮਰਨ ਲੱਗਿਆ ਪਿਓ ਨੇ ਕੀ ਕਿਹਾ ਸੀ? ਅੱਬੇ ਨੇ ਬਕਵਾਸ ਕੀਤੀ ਸੀ, ਪਹਿਲੇ ਵਿਆਹ ਮੇਰਾ ਹੋਏਗਾ, ਮੇਰਾ ਹੋਏਗਾ। ਮੈਨੂੰ ਲੱਗਦਾ ਇਹਨੂੰ ਵਿਆਹ ਬਹੁਤ ਜ਼ਿਆਦਾ ਚੜ ਗਿਆ, ਜਿਹੜਾ ਪਿਓ ਦੇ ਕੋਲੋਂ ਕਰਾਰ ਵੀ ਭੁੱਲੀ ਜਾ ਰਿਹਾ। ਓਏ ਦੁਰਮਟ ਸਾਈਂ, ਤੂੰ ਆਪਣੇ ਪਿਓ ਨਾਲ ਕੀਤੇ ਵਾਅਦੇ ਭੁੱਲ ਸਕਦਾ, ਲੇਕਿਨ ਮੈਂ ਨਹੀਂ ਭੁੱਲ ਸਕਦਾ। ਓਏ ਇੱਥੇ ਪਾਵੇ ਲਾਸ਼ਾਂ ਦੇ ਤੇ ਬਣ ਜਾ, ਛੋਟੀ ਨਾਲ ਵਿਆਹ ਮੇਰੇ ਨਾਲ ਹੋਏਗਾ, ਮੇਰਾ ਹੋਏਗਾ। ਓਏ ਯਾਦ ਕਰ, ਓਏ ਜ਼ਾਲਮਾ, ਮਰਨ ਲੱਗਿਆ ਪਿਓ ਨੇ ਕੀ ਕਿਹਾ ਸੀ? ਉਹ ਯਾਦ ਆਇਆ, ਪਿਓ ਤਾਂ ਸਾਡਾ ਹੈ ਹੀ ਗੂੰਗਾ ਸੀ। ਮੈਨੂੰ ਉਹ ਮੈਂ ਕਿਸ ਬਾਤੇ ਕੀਤਾ ਤੂੰ? ਓਏ ਭਾਵੇਂ ਗੂੰਗਾ ਸੀ, ਲੇਕਿਨ ਯਾਦ ਕਰ ਜਦੋਂ ਉਹਨੇ ਕਿਹਾ ਸੀ ਕਿ ਛੋਟੇ ਦਾ ਵਿਆਹ ਕਰ ਵੱਡੇ ਦਾ ਅੱਲਾ ਵਾਰਸ, ਯਾਨੀ ਕਿ ਤੂੰ ਗੂੰਗਾ ਵੀ ਸੀ ਨਾਲ ਐਟਮਾਂ ਵੀ ਕਰਦਾ ਸੀ। ਸਾਰੇ ਪੀਟੀਵੀ ਦਾ ਡਰਾਮਾ। ਓਏ ਬਸ ਕਰ ਦਿਓ, ਬਾਰ ਬਾਰ ਕਹੀਏ ਤੇ ਯਾਦ ਕਰ ਪਿਓ ਨੇ ਕੀ ਕਿਹਾ ਸੀ, ਯਾਦ ਕਰ ਪਿਓ ਨੇ ਕੀ ਕਿਹਾ ਸੀ। ਓ ਯਾਦ ਕਰੋ ਤੁਹਾਡੀ ਮਾਂ ਨੇ ਤੁਹਾਡੇ ਚਾਚੇ ਦੇ ਬਾਰੇ ਕੀ ਕਿਹਾ ਸੀ? ਅੰਮੀ ਨੇ ਕਿਹਾ ਸੀ ਕਿ ਚਾਚੀ ਦੇ ਪੰਜ ਧੀਆਂ ਨੂੰ ਤੁਹਾਡੇ ਹਵਾਲੇ ਨੇ। ਸੁਣ ਲੈ, ਵਿਆਹ ਮੇਰਾ ਹੋਏਗਾ ਪਹਿਲੇ। ਓਏ ਵੱਡੇ, ਓਏ ਭੁੱਲ ਗਏ ਅੱਜ ਵਿਆਹ ਦੇ ਚੱਕਰ ਛੋਟੇ ਭਰਾ ਦਾ ਪਿਆਰ ਭੁੱਲ ਗਿਆ? ਓਏ ਯਾਦ ਕਰੋ ਟਾਈਮ, ਓਏ ਜਦੋਂ ਆਪਣੇ ਮੂੰਹ ਚੋਂ ਚੀਜ਼ਾਂ ਕੱਢ ਕੇ ਤੇ ਮੇਰੇ ਮੂੰਹ ਚ ਪਾਉਣਾ ਸੀ, ਕੀ ਚਵਲਾ ਮਾਰਨਾ ਸੀ ਤੂੰ? ਇਹ ਕੀ ਤੂੰ ਛੋਟੇ ਨੇ ਮੇਰੇ ਨਾਲ ਗੰਦੀਆਂ ਹਰਕਤਾਂ ਕਰਨਾ ਸੀ? ਓਏ ਤੂੰ ਪੁੱਲ ਸਕਦਾ, ਮੈਂ ਨਹੀਂ ਪੁੱਲ ਸਕਦਾ। ਓਏ ਛੋਟੇ, ਐ ਤੇਰੇ ਪੈਰੀ ਪਹਿਲਾਂ। ਓਏ ਓਏ ਇੰਨਾ ਸ਼ਰਮਿੰਦਾ ਨਾ ਕਰ, ਓਏ ਵੱਡਾ ਭਰਾ ਤੇ ਪਿਓ ਬਜਾਏ ਹੁੰਦਾ ਤੇ ਪਿਓ ਬਣ ਕੇ ਛੋਟੇ ਦੇ ਪੈਰੀ ਪੈ ਰਿਹਾ। ਓਏ ਜੇ ਤੈਨੂੰ ਵਿਆਹ ਦਾ ਐਡਾ ਹੀ ਸ਼ੌਕ ਹੈ ਤੇ ਜ਼ਾਲਮਾ ਮੈਨੂੰ ਪਹਿਲੇ ਦੱਸ ਦਿੰਦਾ, ਮੈਂ ਫੇਰ ਵੀ ਨਹੀਂ ਸੀ ਮੰਨਣਾ। ਤੂੰ ਪੰਜਾਂ ਨਾਲ ਕਰ ਲੈ, ਮੈਂ ਚੱਲਣਾ। ਕਿੱਧਰ ਚੱਲਿਆ ਆਪਣਾ ਮੁਲਤਾ? ਇੱਧਰ ਆ ਮੁਲਤਾਨ ਰਾਈ। ਕਿੱਧਰ ਨਹੀਂ ਜਾ ਰਿਹਾ? ਗਲੀ ਦੇ ਵੱਲ। ਇੱਧਰ ਆ ਫੁਰਸਤ ਖਾਂ। ਚਾਚਾ ਛੋਟੀ ਦਾ ਵਿਆਹ ਮੇਰੇ ਨਾਲ ਹੋਏਗਾ, ਛੋਟਾ ਫੈਸਲਾ ਹੋ ਗਿਆ। ਸ਼ੁਕਰੇ ਬੂਆ ਖੁੱਲਾ ਸੀ, ਨਹੀਂ ਤੇ ਨਿਕਲ ਜਾਣੀ ਸੀ। ਕੀ ਹੋਇਆ? ਸਾਰਾ ਮੂੰਹ ਖਰਾਬ ਕਰ ਲਈ, ਕੀ ਖਾ ਗਿਆ ਹੈ? ਤੈਨੂੰ ਪਤਾ ਕੀ ਹੈ, ਇਹ ਆਪਣਾ ਕੰਟੀਨ ਨਹੀਂ ਹੈ ਤੇ ਬਾਥਰੂਮ ਹੈ ਪੂੰ ਪਾ ਕੇ ਲਈ। ਓਏ ਹੋਏ, ਇਹ ਕੌਣ ਹੈ ਭਾਜੀ? ਜੋ ਇਹ ਕੌਣ ਹੈ? ਇਹ ਛੋਟੇ ਨਹੀਂ, ਕੌਣ ਹੈ? ਇਹ ਤੁਹਾਡਾ ਕਜ਼ਨ ਜਿੰਮੀ। ਓਏ ਜਿੰਮੀ ਕੁੱਤਾ, ਸਾਡੇ ਪਿੰਡ ਚੌਧਰੀਆਂ ਨੇ ਰੱਖਿਆ ਸੀ। ਓ ਜਿੰਮੀ, ਹਾਂ ਵੱਡਾ ਵੱਡਾ ਹੋ ਗਿਆ ਮਾਸ਼ਾਅੱਲਾ। ਜਿੰਮੀ, ਹਾਂ ਪਛਾਣ ਸਾਨੂੰ, ਤੇਰੇ ਸਕੇ ਤਾਏ ਦੀ ਨਜਾਇਜ਼ ਔਲਾਦ। ਸ਼ਰਾਬ ਪੀ ਕੇ 3 ਕਿਲੋ ਗੋਲਿਆ ਖਾ ਗਏ, ਯਾਦ ਆ? ਚਲੋ ਬਾਅਦ ਚ ਤੂੰ ਕਹੀ ਸ਼ੁਕਰ ਪੈਰ ਨੂੰ ਨੀ ਲੱਗਾ, ਯਾਦ ਆਏ? ਮੈਨੂੰ ਨੀ ਯਾਦ ਆਇਆ, ਇਹ ਸਾਨੂੰ ਪਛਾਣ ਹੀ ਨੀ ਰਿਹਾ। ਮੇਰਾ ਹੋਣਾ ਛੋਟੀ ਨਾਲ, ਉਹ ਤੂੰ ਹੈ ਛੋਟੀ? ਛੋਟੀ ਬਾਜੀ ਦੇ ਘਰ ਵਾਲਾ? ਹਾਂਜੀ। ਤੇਰਾ ਮੂੰਹ ਇੰਜ ਜਿਵੇਂ ਬੰਗ ਗੋਤਣਾ ਦਾ ਦੌਰਾ ਹੁੰਦਾ, ਜੁੱਤਾ ਫਿਰਦਾ, ਬਲਕਿ ਤੇਰਾ ਮੂੰਹ ਇੰਜ ਜਿਵੇਂ ਲੱਕੜ ਦਾ ਠੌਰਾ ਹੁੰਦਾ।
ਜਮੂਸਾ ਨਹੀਂ ਹੁੰਦਾ ਜਮੂਸਾ, ਵੱਟੇ ਕੁੱਟੀ ਦੇ ਨੇ ਤੇਰੇ ਮੂੰਹ ਵਰਗਾ ਹੁੰਦਾ। ਅੱਛਾ ਤੇਰਾ ਮੂੰਹ ਇੰਜੇ ਜਿਵੇਂ ਲੇਲੇ ਦੀ ਚੱਕੀ ਹੁੰਦੀ ਹੈ। ਇੱਕ ਵੀ ਮੈਂ ਵੀ ਕਰ ਲਵਾਂ, ਇੱਕ ਕਰ ਲੈ, ਸਾਡੇ ਵਜੂਬਤ ਨਜ਼ਰ ਹੀ ਹੈ ਤੁਹਾਡੀ। ਓਕੇ ਤੇਰਾ ਮੂੰਹ ਇੰਜੇ ਜਿਵੇਂ ਉਹ ਨਹੀਂ ਹੁੰਦਾ। ਉਹ ਕਿੱਥੇ ਹੁੰਦਾ ਲੱਭੋ ਆਪੇ ਛੋਟੀ ਬੁਲਾਓ ਅਸੀਂ ਵੈਸੇ ਤੁਹਾਡਾ ਮੂੰਹ ਵੀ ਇੰਜ ਹੈ ਕਿ ਖੋਤਾ ਜਾ ਰਿਹਾ ਹੋਵੇ ਨਾ ਤੇ ਉਹਦੀਆਂ ਲੱਤਾਂ ਚ ਵੇਖੋ। ਬੜੀ ਮਿਹਰਬਾਨੀ ਪਿੰਡੋ ਤੇਰੇ ਲਈ ਕੁਛ ਨੀ ਲਿਆਏ ਮੈਂ ਇੱਕ ਗਿਫਟ ਲੈ ਗਈ। ਥੈਂਕ ਯੂ ਅੱਲਾ। ਇੱਥੇ ਬੰਦੇ ਬੈਠੇ ਸਨ ਕਿਹਦੇ ਗਏ ਅੰਦਰ ਬਾਜੀ ਛੋਟੀ ਬਾਜੀ। ਅਸਲਾਮੁਅਲੈਕੁਮ ਚਾਚੀ। ਓਏ ਚਾਚੀ ਅਸੀਂ ਤੇਰੇ ਜਵਾਈ ਹੈ। ਚਾਚਾ ਜੋ ਵੀ ਹੈ ਚਾਚੀ ਸਹੀ ਫਿੱਟ ਰੱਖੀ ਚਾਚੀ। ਲੱਗਦੀ ਨਹੀਂ ਪੰਜ ਧੀਆਂ ਦੀ ਮਾਂ। ਪੋਤੇ ਇੱਕ ਮਿੰਟ ਮੇਰੀ ਗੱਲ ਤੋਂ ਸੁਣ ਲਓ। ਚਾਚੀ ਛੋਟੀ ਦਾ ਮੇਰਾ ਹੋਣਾ ਹੈ। ਪੋਤੇ ਮੇਰੀ ਗੱਲ ਸੁਣ ਲਓ। ਹਾਂਜੀ ਇਹ ਤੁਹਾਡੀ ਚਾਚੀ ਨਹੀਂ, ਇਹ ਕੌਣ? ਇਹ ਛੋਟੀ ਏ। ਓਏ ਓਏ ਛੋਟੀ ਏ, ਇਹ ਸਭ ਤੋਂ ਛੋਟੀ ਏ। ਮਾਸ਼ਾਅੱਲਾ ਬਾਜੀ,
ਕਿੱਥੇ ਲੁਕਾਇਆ ਸੀ ਸਰਗੋਤੇ ਦਾ ਲੇਲਾ? ਇਹ ਕੌਣ ਹੈ? ਇਹ ਉਸ ਤੋਂ ਵੱਡੀ ਏ। ਅੱਛਾ ਇਹ ਛੋਟੀ ਏ, ਇਹ ਉਸ ਤੋਂ ਵੱਡੀ, ਉਸ ਤੋਂ ਵੱਡੀ ਏ। ਹਾਂ ਚਾਚਾ, ਰਿਸ਼ਤਾ ਪਾਓ ਇਹਨਾਂ ਦੇ, ਤਰਤੀਬ ਤਾਂ ਠੀਕ ਕਰ। ਜਿਹਦੇ ਬੰਨਣੇ ਚਾਚੇ ਦੇਗੀ ਤੇ ਉਬਲਿਆ ਗਈ। ਅੰਡੇ ਨਹੀਂ ਦੇਦੀ। ਅੱਛਾ ਮਾਲੀ ਬਿਠਾ ਲਈਏ। ਅੱਛਾ ਜੀ, ਇਹਦੀ ਉਮਰ 19 ਸਾਲ ਹੈ। ਛੋਟੀ ਤਾਂ ਫਿਰ ਅੰਮੀ ਤੋਂ ਪਹਿਲੇ ਹੋਈ ਹੋਈ। ਸਭ ਤੋਂ ਛੋਟੀ ਮੇਰਾ ਇਹਦੀ ਕਿੰਨੀ ਉਮਰ? ਇਹਦੀ 19 ਸਾਲ ਹੈ ਤੇ ਇਹਦੀ ਸਵਾ 2 ਮਾਣ। ਗੱਲ ਹੈ ਟੋਟਲ ਦੱਸੀ ਸਰ, ਇਹਦੀ ਉਮਰ ਹੈ ਤਕਰੀਬਨ 3.25 ਗਜ਼, ਕਿਉਂਕਿ ਵੱਡੇ ਵਰਦੀ ਹੈ। ਚਾਚਾ ਮੇਰਾ ਬਰਵਾਜਾ ਨਾ ਹੁੰਦਾ ਤੇ ਫਿਰ ਮੈਂ ਤੇਰਾ ਹੋਣਾ ਸੀ। ਚਾਚਾ ਓਏ ਗੱਲ ਦੱਸ, ਕੀ ਹੈ? ਇੱਕ ਮਿੰਟ, ਇੱਕ ਮਿੰਟ ਠਹਿਰ ਜਾ। ਦੇਖ ਦੁਨੀਆ ਤਾਂ ਦੁਨੀਆ ਤੇ ਮਿਲਦਾ, ਅਗਰ ਤੂੰ 2 ਇੱਕ ਪਾਸੇ ਰੱਖੇ ਤੇ ਇੱਕ ਪਾਸੇ ਰੱਖੇ ਤੇ ਅਸੀਂ ਦੋਵੇਂ ਇੱਕੋ ਜਿਹੀ ਹਾਂ। ਇੱਕ ਮੇਰੀ ਇੱਕੋ ਜਿਹੀ, ਮੇਰੀ 2 ਹੋ ਜੀ। ਇੱਕ ਮਿੰਟ ਚਾਚਾ, ਮੇਰਾ ਇਹਦੇ ਨਾਲ ਵਿਆਹ ਕਰਾ ਦੇ ਤੇ ਇਹਦਾ ਉਹਦੇ ਨਾਲ ਕਰਾ ਦੇ, ਇਹ ਤਾਂ ਤੇਰੀ ਵੱਡੀ ਇੱਜ਼ਤ ਵੀ ਨਿਕਲ ਜਾਏਗੀ। ਇੱਕ ਮਿੰਟ, ਇੱਕ ਮਿੰਟ, ਕਿਉਂ ਵੱਡੀ ਇੱਜ਼ਤ ਨਿਕਲ ਜਾਏਗੀ ਤੇਰਾ ਵਿਆਹ ਉਹਦੇ ਨਾਲ, ਮੇਰਾ ਇਹਦੇ ਨਾਲ ਵੱਡੀ ਇੱਜ਼ਤ ਕਿਉਂ? ਇਨਸ਼ਾਅੱਲਾ ਬਲੀਮਾ ਭੁਗਤਾਏਗੀ। ਇਹਨੂੰ ਜ਼ਬਾ ਕਰਕੇ ਸਾਡੇ ਦੋਵਾਂ ਦੇ ਹੱਥੀ ਜਿਹੜੀ ਲੱਗੀ ਅਸੀਂ ਲੈ ਵੀ ਲੈਣੀ। ਛੋਟੀ ਨੂੰ ਛੱਡ, ਮੈਂ ਤੇ ਤਿਆਰ ਆ ਕਰਨ ਨੂੰ, ਪਹਿਲੇ ਵਿਆਹ ਛੋਟੀ ਦਾ ਹੋਏਗਾ।
ਲਓ ਜੀ ਇਹ ਛੋਟੀ ਤੇ ਸਾਡੇ ਵਾਸਤੇ ਇੰਜ ਜਿਵੇਂ ਮੀਆਂ ਸਾਹਿਬ ਵਾਸਤੇ ਇਮਰਾਨ ਖਾਨ ਹੈ। ਨਾ ਉਹਨਾਂ ਨੂੰ ਚੀਨ ਦੇਣ ਡਿਆ, ਨਾ ਇਹ ਸਾਨੂੰ ਚੀਨ ਦੇਣ ਡਏ ਨੇ। ਪੁੱਤਰ ਐਸੇ ਮੌਕੇ ਤੇ ਪਤਾ ਕੀ ਕਰੀ ਜਾਂਦਾ, ਕੀ ਕਰੀ ਜਾਂਦਾ, ਫਟਾਫਟ ਆਪਣੇ ਅੰਦਰ ਦਾ ਸ਼ੇਖ ਰਸ਼ੀਦ ਜਗਾ। ਚੱਲ ਫਿਰ ਕੱਢ ਮੋਟਰਸਾਈਕਲ। ਇੱਧਰ ਆ, ਗੱਲ ਸੁਣ। ਛੋਟੀ ਨੂੰ ਛੱਡ, ਤੂੰ ਆਪਣੇ ਵਿਆਹ ਦਾ ਸੋਚ। ਬੜਾ ਸੋਚਨੀ ਆ, ਫੇਰ ਵੀ ਪਹਿਲੇ ਛੋਟੀ ਦਾ ਹੀ ਹੋਣਾ। ਸੋਚ ਕੀ ਸੋਚਾਂ, ਕਿ ਕਿਸ ਕਿਸਮ ਦੀ ਮਿੱਠੀ ਸਰਦੀ ਪੈ, ਇਹੋ ਜੀ ਸਰਦੀ ਚ, ਇਹੋ ਜੀ ਸਰਦੀ ਚ ਸੁਹਾਗ ਰਾਤ ਹੋਵੇ, ਲਾਲ ਸੁਰਖ ਸ਼ਨੀਲ ਦੀ ਰਜ਼ਾਈ ਕਰਕੇ ਰਜ਼ਾਈ ਲਈ ਇੰਜ ਥੋੜਾ ਜਿਹਾ ਪੈਰ ਬਾਹਰ। ਹਾਏ ਸਰਦੀ ਐਡਾ ਦੁੱਧ ਦਾ ਗਲਾਸ ਵਿੱਚ ਦੇਸੀ ਘਿਓ ਦੇ 7-8 ਚਮਚੇ। ਇਹ ਕੀ ਕਰਦੇ ਐ ਐ ਐ ਇਹ ਜਦੋਂ ਇਹਨੇ ਚਮਚੇ ਹੁੰਦੇ ਉਹ ਐ ਨਿਕਲ ਜਾਂਦੀ ਹੈ। ਪਲੇਟ ਭਰੀ ਉਬਲੇ ਦੇਸੀ ਆਂਡੇ। ਕੀ ਹੋਇਆ, ਕੀ ਹੈ ਉਹ? ਸਰਦੀ ਨਹੀਂ, ਗਰਮ ਸੀ। ਮੂੰਹ ਸੜ ਗਿਆ? ਨਹੀਂ, ਗੋਡਾ ਸੜਿਆ। ਅੱਛਾ ਮੈਂ ਤੇ ਪਾਗਲ ਆ, ਤੂੰ ਵੀ ਪਾਗਲ ਹੈ। ਇਹ ਕੀ ਕਰ ਰਿਹਾ? ਅੰਡਾ, ਅੰਡਾ ਮੈਂ ਖਾਵਾਂਗਾ। ਆ ਕਰੋ, ਅੰਡੇ ਵਾਲਾ ਮੂੰਹ ਖੋਲ। ਕਿੰਨਾ ਮਜ਼ਾ ਆ ਰਿਹਾ ਮੈਨੂੰ ਦੁੱਧ ਤੇ ਪੀ। ਇਹ ਦੁੱਧ ਤੇ ਮੁੰਡੇ ਨਹੀਂ ਪੀਂਦੇ? ਕਿਉਂਕਿ ਤੁਸੀਂ ਬਹੁਤ ਠੰਡੀਆਂ ਹੋਈਆਂ ਅਜੇ। ਮਜ਼ਾ, ਬਹੁਤ ਮਜ਼ਾ ਆਉਣ ਵਾਲਾ ਨਾ। ਹੁਣ ਸੋਚ। ਹਾਂ, ਇਹ ਬਾਰੋ ਦੋ ਉਹਨਾਂ ਨੇ ਜ਼ੋਰ ਦੀ ਪੂਰੇ ਠੁੱਟਾ ਮਾਰਿਆ। ਹੋਰ ਕੀ ਕਰਨ ਦੇ ਜੇ ਕਰੇ ਫੇਰ ਯਾਰ ਸ਼ਾਦੀ ਕਰ ਲਈਏ। ਹਾਂ ਹਾਂ ਮੈਂ ਤਿਆਰ ਹਾਂ। ਅੱਛਾ ਚੱਲ, ਮੈਂ ਬਿਲਕੁਲ ਤਿਆਰ ਹੋ ਗਈ ਹਾਂ ਜੋ ਤੁਸੀਂ ਦੱਸਿਆ, ਲੇਕਿਨ ਨਹੀਂ ਪਹਿਲੇ ਛੋਟੀ ਦਾ ਹੀ ਹੋਏਗਾ। ਓਏ ਆ ਜਾ, ਇਹਨੇ ਤਾਲੇ ਲਵਾਏ ਨਹੀਂ। ਓਏ ਇੱਕ ਮਿੰਟ ਤਾਂ ਵੀ ਸਾਡੇ ਅੰਡੇ ਕਿਹੜੇ ਦੋ ਦੇ ਅੰਡੇ ਸਨ ਹੈ? ਉਸੇ ਦਾ ਬੜਿਆ ਨਹੀਂ ਖਾਈ ਜਾਂਦੀ ਸੀ। ਵਿਆਹ ਤੋਂ ਬਾਅਦ ਕੰਮ ਕਰਨਾ ਹੈ ਨਾ। ਸੁਣ ਫੈਸਲਾ, ਛੋਟੀ ਨਾਲ ਵਿਆਹ ਮੈਂ ਨਹੀਂ ਕਰਨਾ, ਇਹ ਮੇਰਾ ਆਖਰੀ ਫੈਸਲਾ ਹੈ। ਤੇਰਾ ਇਹ ਮੇਰਾ ਕਰਨਾ, ਮੇਰਾ ਆਖਰੀ ਫੈਸਲਾ ਹੈ। ਓਏ ਜੇ ਤੁਹਾਡਾ ਆਖਰੀ ਫੈਸਲਾ ਤੇ ਮੇਰਾ ਆਖਰੀ ਫੈਸਲਾ ਵੀ ਸੁਣੋ। ਓ ਮੇਰੀ ਛੋਟੀ ਬੱਚੀ ਦਾ ਵਿਆਹ ਭਾਵੇਂ ਕਿਤੇ ਹੋਰ ਜਗ੍ਹਾ ਕਰਾਓ, ਫਿਰ ਜਿਸ ਬੱਚੀ ਨਾਲ ਵੇਖੋਗੇ ਮੈਂ ਨਿਕਾਹ ਕਰਕੇ ਤੁਹਾਡੇ ਨਾਲ ਤੋੜ ਦੇਵਾਂਗਾ। ਓਕੇ ਚਾਚਾ, ਆਪਣੇ ਪੈਰਾਂ ਦੀ ਮਿੱਟੀ ਨੇ ਛੱਡੀ ਤੇ ਅਸੀਂ ਵੀ ਨਹੀਂ ਆਉਣਾ। ਬੇਟਾ ਜਿਹਦੇ ਨਾਲ ਵਿਆਹ ਕਰਨਾ ਉਹ ਕਿਹੜਾ ਪਿੰਡ ਚੋਪੜਾ। ਛੋਟੀ ਦਾ ਤੇ ਪਤਾ ਨੀ ਕਿੱਦੋਂ ਹੋਏਗਾ, ਮੁੰਡੇ ਹੀ ਬੜੇ ਸੋਹਣੇ ਨੇ, ਸਾਡਾ ਕਰਦੇ। ਪਹਿਲੇ ਛੋਟੀ ਦਾ ਹੋਏਗਾ ਫਿਰ ਤੁਹਾਡਾ ਕਰਾਂਗਾ।
रिश्ता लभन वास्ते गए ने अगों पहले छोटी ब्योनी है पुत्र बहुत छोटी हूं एड्डी हो गई तू शर्म कर ना व्याई दे एड्डी हो गई चाचा जी ओ बंदा ਬੜੀਆਂ ਦੀ
ਨਿਸ਼ਾਨੀਆਂ ਲਾਈਆਂ ਹੋਏ ਘਰ ਦੀ ਆ। ਮੈਂ ਕਿਹਾ ਤੂੰ ਬੜੀਆਂ ਪੱਟੀਆਂ ਕਰਾਈਆਂ ਪਿਛਹਿਰੋਂ ਆਇਆ। ਪਾਗਲ ਪਾਗਲ ਕੀ ਆ ਕੀ ਆ ਪਿਛਹਿਰੋਂ ਆਇਆ ਹੁੰਦਾ ਤੇ ਪਸੀਆਂ ਇੱਥੇ ਹੋਣੀਆਂ ਸੀ ਤੇ ਜਿੱਥੇ ਹੋਈਆਂ ਉੱਥੇ ਤੂੰ ਵਿਖਾਣੀਆਂ ਨੇ। ਨਾਲੇ ਉੱਥੇ ਪੱਟੀ ਹੁੰਦੀ ਨੀ ਟਾਂਗੇ ਲੱਗਦੇ ਨੇ। ਖੂਬਸੂਰਤ ਕੁੜੀ ਹੈ ਕਿ ਆਹਾ ਲੈ ਅੱਗੇ ਕਦੀ ਤੇ ਲਾਵਾ ਦਿੱਤਾ ਇਹ ਹੀ ਅਸੀਂ ਚਾਹੁੰਦੇ ਸੀ। ਤੂੰ ਪੱਕਾ ਹੋ ਐਡੀ ਐਡੀ ਤੇ ਉਹਦੀ ਅੱਖ ਹੈ ਉਹ ਕਿਤੇ ਮੱਝ ਤੇ ਨਹੀਂ ਏ ਘੁਮਾ ਕੇ ਪੁੱਛਿਆ ਪਤਾ ਨਹੀਂ ਮਾਸ਼ਾਅੱਲਾ ਅੱਲਾ ਮੈਨੂੰ ਮਾਫ ਕਰੇ ਐਡਾ ਤਾਂ ਲੱਕ ਉਹਦਾ ਲੱਕ ਐਡਾ ਬਾਕੀ ਚਰਬੀ ਉਹ ਤੂੰ ਐ ਕਰਕੇ ਲਾ ਕੇ ਸੁੱਟਦੀ। ਉਹ ਤੂੰ ਆਖਰੀ ਗੱਲ ਪਹਿਲੇ ਕਰੋ ਮਿਸਟਰ ਬੀਨ ਦੇ ਸਾਲਿਆ ਤੂੰ ਗੱਲ ਸਮਝ ਨਹੀਂ ਰਿਹਾ ਤੇਰੀ ਇੱਥੇ ਸ਼ਾਦੀ ਹੋ ਰਹੀ ਇਹ ਘਰ ਵੇਖ ਰਹੇ ਆਹੋ ਸਾਰੇ ਪੁੱਤਰ ਸਾਰਾ ਰੰਗ ਕਰਨਾ ਤੂੰ ਮਾਲਕ ਹੈ ਇਸ ਘਰ ਦਾ ਤੂੰ ਮਾਲਕ ਹੈ ਸਭ ਤੋਂ ਛੋਟੀ ਧੀ ਨਾਲ ਤੇਰਾ ਵਿਆਹ ਹੋ ਰਿਹਾ ਉੱਥੇ ਜਵਾਬ ਦੇ ਦੀ ਹਾਂ ਸਰ ਉਸਤਾਦ ਜੀ ਇੱਥੇ ਪਾਗਲ ਹੋਏ ਹੋ ਐਡੀ ਸੋਹਣੀ ਕੁੜੀ ਜ਼ਿੰਦਗੀ 'ਚ ਕਦੀ ਨਹੀਂ ਵੇਖੀ ਹੋਣੀ ਤੂੰ ਇਹ ਮੁੰਡਾ ਸਾਰੀ ਜ਼ਿੰਦਗੀ ਮੇਰੇ ਕੰਮ ਆਇਆ ਕਿਆ ਮੈਂ ਤਾਰਾ ਦਰਦ ਸਮਝੂ ਹੂੰ ਬਾਇਓ ਪਰ ਇਸ ਕਾਮ ਮੇ ਜਾਨ ਕੋ ਗਣੋ ਖਤਰਾ ਵੀ ਹੋਵੇ ਹੈ ਪਜਾਮੀ ਅੱਛਾ ਅਸੀਂ ਉਹਨਾਂ ਨੂੰ ਇਹ ਕਿਹਾ ਕਿ ਤੂੰ ਪਿੰਡ ਖੋਤੀਆਂ ਮਾਰੀਆਂ ਨੇ ਪੁੱਤਰ ਇੱਥੇ ਆਪ ਨੇ ਖੋਤੀ ਬਣ ਗਈ ਹੈ ਇਹ ਤਾਂ ਨਹੀਂ ਨਾ ਦੱਸਿਆ ਕਿਸ ਤਰ੍ਹਾਂ ਆ ਗਈਆਂ ਕਿਉਂਕਿ ਮੇਰਾ ਕਸੂਰ ਹੀ ਨਹੀਂ ਮੈਂ ਖੋਤੀ ਨੂੰ ਪੈ ਕੇ ਹੋ ਜਾ ਪਿੱਛੇ ਹੋ ਗਈ ਮੇਰਾ ਸਿੱਧਾ ਫੇਰ ਸਿੱਧਾ ਤੂੰ ਉਧਰ ਰੱਖਣਾ ਅਚਾਨਕ ਹੁਸਨ ਨੂੰ ਨਹੀਂ ਵੇਖਣਾ ਫੇਰ ਤਾਂ ਕੀ ਤੇਰੀ ਸਲਵਾਰ ਡੇਗ ਪਈ ਮੇਰਾ ਕਹਿੰਦਾ ਮਤਲਬ ਛੋਟੀ ਆ ਜਾ ਕਾਰੀਗਰ ਆ ਗਿਆ ਛੋਟੀ ਏ ਨਿਕਲੋ ਇੱਥੋਂ ਖੋਤੀ ਦੀ ਬਾਲਾ ਤੁਮਰ ਸਾਈ ਸਾਲਿਆ ਮੈਨੂੰ ਲੱਕੀ ਰਾਣੀ ਦਾ ਤੰਬੂ ਦੇਣ ਲੱਗੇ ਹੋ
ਅਗਲੇ ਨੂੰ ਪਤਾ ਲੱਗੇ ਕਿ ਇਹਦਾ ਮੁੰਡਾ ਕਰਦਾ।
पहले ठुड्डा दबा देना पहले देने ना गिट्टा कड़ा हो मेरा थोड़ा हल्का कर ठुड्डा मारो पहले दबा कोई तो तेरे को कुछ निकलना नहीं गिट्टा तो कड़ा है ठुड्डा मार दरवाजे नु सीधा ओए बंदे केड़े पहले बैठे ने ओए असगर दा मुंडा की कर रिया ओ ब्याह दे है ब्याह दे है दरवाजे की ओ गारिस बैठी है दरवाजा मैंने खुला नहीं मिला दरवाजा बचा पहले ए मारे ठुड्डा सीधा है दरवाजे की गल कर रहे है चलो जी चलो साहब ए उची बड़ी लिया तार थले लिया चल गभरू इधर उस्ताद तुम्हारे हाथ में दिया था वो मेरे पिछले ने मुझे दिया रंग डबोया हाली ना वेच पहले आप रच मैं व्याह फिर भी नहीं करना मैं मेरे नाल व्याह कर ले बीबी लास्टिक पाया की पाया लास्टिक पाया लास्टिक अच्छा पिंडों ना आया साडे लई बाद मजा मेरे नाल व्याह कर ले जे तू मेरे नाल व्याह नहीं ना करेगा मैं तेरा बड़ा बुरा हाल कर दई तू मैनूं जानदा नहीं मैं तन्नू मिट के रख देणा
ਤੇਰੇ ਸੀਨੇ ਉੱਤੇ ਚੜ ਕੇ ਮੈਂ ਲੇਟੀ ਤੇ ਸੌਂ ਦਾ ਸੁਆਦ ਆ ਗਿਆ ਸਾਈਕਲ ਯਾਰ ਸਾਈਕਲ
ਉੱਥੇ ਟਿਕਟ ਨਹੀਂ ਲੈ ਰਿਹਾ ਸੀ ਮੁਗਲ ਸ਼ਗਿਰਦ ਹੋ ਗਿਆ ਕਿਸੇ ਦਾ।